ਇਸ ਵੀਡੀਓ ਵਿੱਚ ਗਾਲਾਂ ਦਾ ਭਰਪੂਰ ਇਸਤੇਮਾਲ ਕੀਤਾ ਗਿਆ ਹੈ। ਕਿਰਪਾ ਕਰਕੇ ਕੰਨਾਂ ਨੂੰ ਹੈੱਡਫੋਨ ਲਾ ਲਓ, ਬਾਅਦ ਵਿੱਚ ਨਾ ਕਿਹੋ ਕਿ ਘਰ ਦੇ ਕੋਲੋਂ ਛਿੱਤਰ ਪਲੇਟ ਹੋ ਗਈ। ਹਾਂਜੀ ਮਿੱਤਰੋ ਦੇ ਵੇਲੀ ਉਹਦੇ ਮਾਂ ਪਿਆਰੀਆਂ ਪਿਆਰੀਆਂ ਸਹੇਲੀਓ, ਕੀ ਹਾਲ ਤੁਹਾਡੇ ਸਾਰਿਆਂ ਦੇ? ਵਧੀਆ ਘੈਂਟ ਘੈਂਟ ਰਿਹਾ ਕਰੋ ਯਾਰ, ਜ਼ਿੰਦਗੀ ਬਹੁਤ ਛੋਟੀ ਜੀ ਆ। ਅੱਜ ਗੱਲ ਚੱਲੂਗੀ ਸਿੱਧੀ ਸਿੱਧੀ ਨੰਗੀ ਤੇ ਗੱਲ ਕਰਾਂਗੇ ਅੱਜ ਚਿੱਬੜ ਜਿਹੇ ਮੂੰਹ ਵਾਲੇ ਦੀ। ਇਸ ਬੰਦੇ ਨੇ ਨਾ ਇੱਕ ਰੀਲ ਪਾਈ ਇੰਸਟਾਗ੍ਰਾਮ ਤੇ, ਯੂਟਿਊਬ ਤੇ ਨਹੀਂ ਪਾਈ ਵੀਡੀਓ, ਇੰਸਟਾਗ੍ਰਾਮ ਤੇ ਰੀਲ ਪਾ ਕੇ ਇਹ ਬੰਦਾ ਸਾਬਿਤ ਕਰਨਾ ਚਾਹ ਰਿਹਾ ਕਿ ਇਟਲੀ ਵਾਲੇ ਬਾਈ ਗਲਤ ਆ, ਇਟਲੀ ਵਾਲੇ ਬਾਈ ਨੇ ਕੀਤੀ ਗਲਤੀ, ਗਾਲਾਂ ਕੱਢ ਕੇ ਰੋਮੀ ਨੂੰ। ਰੋਮੀ ਵੀਰ ਜੀ ਚੰਗੇ ਨੇ, ਰੋਮੀ ਵੀਰ ਜੀ ਤੇ ਇਟਲੀ ਵਾਲਾ ਵੀਰ, ਰੋਮੀ ਵੀਰ ਜੀ ਤੇ ਇਟਲੀ ਵਾਲਾ ਭਾਜੀ, ਬਸ ਵੀਰ ਹੋਰ ਕੁਛ ਨਹੀਂ। ਤੇ ਇਸ ਬੰਦੇ ਦਾ ਪਤਾ ਕੀ ਕਹਿਣਾ ਕਿ ਅਸੀਂ, ਸਾਨੂੰ ਦੁੱਖ ਲੱਗਿਆ, ਅਸੀਂ ਇਹਨਾਂ ਦਾ ਪੋਡਕਾਸਟ ਦੇਖਿਆ, ਸਾਨੂੰ ਦੁੱਖ ਲੱਗਿਆ ਕਿ ਉਹਨਾਂ ਬੰਦਿਆਂ ਦਾ ਨਾਂ ਲੈ ਲਿਆ ਜਿਹੜੇ ਬੰਦੇ ਇਹਨਾਂ ਦੇ ਨਾਲ ਨਹੀਂ ਖੜਦੇ। ਉਹ ਘੂਸਈਆ ਹੁੰਦਾ, ਤੈਨੂੰ ਪਤਾ ਵੀ ਹੈ ਕਿ ਗੱਲ ਕੀ ਹੋ ਰਹੀ ਪੋਡਕਾਸਟ ਵਿੱਚ। ਪੋਡਕਾਸਟ ਵਿੱਚ ਗੱਲ ਹੋ ਰਹੀ ਹੈ ਪੰਜਾਬ ਦੇ ਮੁੱਦਿਆਂ ਤੇ, ਕੌਣ ਬੋਲਦਾ ਆ? ਬਾਹਰ ਬੋਲਣਾ, ਬਾਹਰ ਬੈਠ ਕੇ ਬੋਲਣਾ ਸੌਖਾ, ਪੰਜਾਬ ਵਿੱਚ ਬੈਠ ਕੇ ਬੋਲੋ। ਪੰਜਾਬ ਦੇ ਮੁੱਦਿਆਂ ਤੇ ਗੱਲ ਇਹ ਹੋ ਰਹੀ ਹੈ, ਨਾ ਕਿ ਭੈਣ ਚੋਦ ਤੁਹਾਡੀ ਚੱਟੇ ਚੁੰਗਣ ਦੀ ਗੱਲ ਹੋ ਰਹੀ ਹੈ। ਸਮਝ ਵੀ ਆ ਰਹੀ ਤੁਹਾਨੂੰ ਗੱਲ? ਉਹਦੀ ਉਸ ਵਿੱਚ ਪੋਡਕਾਸਟ ਵਿੱਚ ਗੱਲ ਕੀ ਹੋ ਰਹੀ ਹੈ? ਰੋਮੀ ਤਾਂ ਸਿਰਫ ਚਾਰ ਬਲੌਗਰਾਂ ਨੂੰ ਰੋਸਟ ਕਰ ਸਕਦਾ ਜਾਂ ਰੀਲਾਂ ਵਾਲਿਆਂ ਨੂੰ, ਨੱਚਣ ਨਚਾਰਾਂ ਨੂੰ। ਪੰਜਾਬ ਤੱਕ ਕਿੱਥੇ ਰਹੀ ਰੋਮੀ ਨੇ ਵੀਡੀਓ ਪਾਈਆਂ ਨੇ? ਹੈ ਸਾਲਾ ਖੋਤੀ ਦਾ ਬੱਚਾ ਤੂੰ ਆਪ ਹੈ, ਤੈਨੂੰ ਸਮਝ ਨਹੀਂ ਆ ਰਹੀ ਕਿ ਗੱਲ ਕੀ ਹੋ ਰਹੀ ਹੈ? ਤੇ ਗੱਲ ਤੂੰ ਭੈਣ ਚੋਦ ਘਿਓ ਦੇ ਵਿੱਚ ਅੱਗ ਦੇ ਵਿੱਚ ਘਿਓ ਪਾਉਣ ਵਾਲੀ ਗੱਲ ਕਰਨ ਡਿਆ ਤੂੰ ਸਾਲਿਆ। ਗੱਲ ਠੰਡੀ ਕਰਨ ਵਾਲੇ ਬੰਦੇ ਹੋਰ ਹੁੰਦੇ ਨੇ, ਤੇਰੇ ਵਰਗੇ ਨਹੀਂ। ਤੂੰ ਪਹਿਲਾਂ ਤੇਰੇ ਵਰਗੇ ਉਹਨਾਂ ਚੂਤੀਆ ਜਿਹੜੇ ਪਹਿਲਾਂ ਅੱਗ ਲਾਉਂਦੇ ਨੇ, ਫਿਰ ਉਹਨੂੰ ਅੱਗ ਨੂੰ ਬੁਝਾਉਣ ਦੀ ਬਜਾਏ ਨਾ ਬਹਾਨੇ ਨਾਲ ਪਾਣੀ ਦੀ ਜਗ੍ਹਾ ਪੈਟਰੋਲ ਸੁੱਟਦੇ ਨੇ। ਹੈ ਸਾਲਾ ਘੂਸਾ ਬੰਦਾ ਭੈਣ ਚੋਦ, ਗੱਲ ਕਰ, ਨਿਊਟਰਲ ਗੱਲ ਕਰ, ਛੱਡ ਦੇ ਗੱਲ ਸਾਰੀ ਭੈਣ, ਜਦ ਮੂੰਹ ਬੰਦ ਰੱਖ ਆਪਣਾ ਗੱਟਰ ਵਰਗਾ। ਗੱਲ ਹੀ ਸਾਰੀ ਇੱਥੇ ਤੋਂ ਸ਼ੁਰੂ ਹੋਈ ਹੈ ਯਾਰ, ਜਿਹੜੇ ਰੋਮੀ ਨੇ ਵੀਡੀਓ ਪਾਈ ਹੈ ਨਾ, ਕੱਲ ਹੀ ਸਾਰੀ ਇੱਥੇ ਸ਼ੁਰੂ ਹੋਈ ਹੈ। ਆਪਣੇ ਮੂੰਹ ਬਹੁਤ ਕੰਡਿਆ ਭੈਣ ਚੋਦ ਕੀ, ਮੈਂ ਦੇਖੀ ਵੀਡੀਓ ਤੇ ਮੈਂ ਇਟਲੀ ਵਾਲੇ ਇਹਨੂੰ, ਮੈਂ ਰੋਮੀ ਭਾਜੀ ਨੂੰ ਕਿਹਾ ਕਿ ਰੋਮੀ ਭਾਜੀ ਵੀਰ ਜੀ ਤੁਹਾਡਾ ਤਾਂ ਨਾਂ ਹੀ ਨਹੀਂ ਲਿਆ ਇਹਨਾਂ ਬੰਦੇ ਨੇ ਰੋਸਟ ਆਪਣੀ ਵੀਡੀਓ ਵਿੱਚ, ਮਤਲਬ ਭੜਕਾਉਣ ਵਾਲਾ ਤੂੰ ਆ ਭੈਣ ਚੋਦਾ ਰੋਮੀ ਨੂੰ, ਸਾਲਾ ਚਿੱਬੜ ਜਿਹਾ ਮੂੰਹ ਵਾਲਾ ਭੈਣ ਚੋਦਾ। ਤੂੰ ਆਪਣੀ ਬਲੌਗਿੰਗ ਕਰਨ ਆਇਆ ਸੀ ਨਾ ਆਪਣੀ ਰਨ ਨੂੰ ਲੈ ਕੇ, ਤੇਰੀ ਰਨ ਪੱਲੇ ਕੱਖ ਨਹੀਂ ਸੀਗਾ ਇਸ ਕਰਕੇ ਤੂੰ ਰੋਸਟਿੰਗ ਸ਼ੁਰੂ ਕੀਤੀ। ਭੈਣ ਦਾ ਯਾਰ ਸਾਲਾ ਤੂੰ ਆਇਆ ਸੀਗਾ ਰਨ ਰਨ ਆਪਣੀ ਨੂੰ ਲੈ ਕੇ ਬਲੌਗਿੰਗ ਲੈਣ 'ਚ, ਤੇਰੀ ਰਨ ਦੇ ਜ਼ਿਆਦਾ ਵੱਡੇ ਵੱਡੇ ਨਹੀਂ ਹੈਗਾ ਸਮਾਨ, ਇਸ ਕਰਕੇ ਤੂੰ ਦੇਖਿਆ ਕਿ ਹਾਂ ਵੀ ਰੋਸਟਰਾਂ ਦੀ ਵੀ ਹਵਾ ਚੱਲਦੀ ਆ। ਚੱਲ ਐਂ ਕਰਦਾ ਮੇਰੀ ਜਨਾਨੀ ਨੂੰ ਤਾਂ ਕਿਸੇ ਨੇ ਦੇਖਣਾ ਨਹੀਂ, ਮੈਂ ਰੋਸਟਿੰਗ ਹੀ ਸ਼ੁਰੂ ਕਰ ਲੈਂਦਾ ਇਸੇ ਬਹਾਨੇ, ਇਸੇ ਬਹਾਨੇ ਤੂੰ ਸੱਚਾ ਬਣਿਆ ਰਹੇਗਾ ਕਿ ਹਾਂ ਵੀ ਲੈ ਅਸੀਂ ਤਾਂ ਭੈਣ ਪੰਜਾਬ ਸੁਧਾਰਦੇ ਹਾਂ। ਕੀ ਪੰਜਾਬ ਸੁਧਾਰਿਆ ਤੁਸੀਂ? ਕਿਹੜੇ ਪੰਜਾਬ ਦੇ ਮੁੱਦੇ 'ਤੇ ਬੋਲੇ ਤੁਸੀਂ ਅੱਜ ਤੱਕ? ਚਾਰ ਰੀਲਰਾਂ ਨੂੰ ਰੋਸਟ ਕਰਤਾ, ਚਾਰ ਰੀਲਰਾਂ ਦਾ ਮਜ਼ਾਕ ਉਡਾਤਾ ਤੇ ਤੁਸੀਂ ਆਪਣੇ ਆਪ ਰੋਸਟ ਕਰਨ ਲੱਗ ਪਏ। ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਸੀਗਾ ਪੋਡਕਾਸਟ ਵਿੱਚ, ਸੱਦੀ ਨਾ ਸਦਾਈ ਮੈਂ ਲੜੇ ਦੀ ਤਾਈ ਭੈਣ ਚੋਦ, ਅਸੀਂ ਸਪੋਰਟ ਕੀਤੀ ਸੀਗੀ ਇਟਲੀ ਵਾਲੇ ਵੀਰ, ਤੇਰੀ ਸਪੋਰਟ ਉਹਨੇ ਕੀਤੀ ਸੀ ਰੋਮੀ ਨੇ, ਕੱਲੇ ਰੋਮੀ ਨੇ ਵੀਡੀਓ ਪਾਈ ਸੀ, ਕੱਲੇ ਰੋਮੀ ਨੇ ਵੀਡੀਓ ਪਾਈ ਸੀਗੀ। S2R2 ਨੇ, ਮੈਂ ਕੱਲ ਵੀ ਕਿਹਾ ਸੀਗਾ ਵੀਡੀਓ ਵਿੱਚ, S2R2 ਨੇ ਵੀਡੀਓ ਪਾਈ ਸੀਗੀ, ਠੀਕ ਆ। ਉਸ ਤੋਂ ਬਾਅਦ ਮੈਂ ਵੀ ਵੀਡੀਓ ਪਾਈ ਹੋਈ ਆ ਸੁਰਲੀਨ ਦੇ ਉੱਤੇ, ਸੁਰਲੀਨ ਦੀ ਚੰਗੀ ਮੰਜੀ ਠੋਕੀ ਹੋਈ ਆ ਉਹਦੇ ਵਿੱਚ। ਤੇਰਾ ਰੋਮੀ ਵੀਰ ਅਸੀਂ ਮੇਰਾ ਨਾਂ ਲਿਆ ਨਹੀਂ ਲਿਆ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਤੇਰਾ ਤੂੰ ਹੈ ਕੌਣ, ਤੈਨੂੰ ਜਾਣਦਾ ਕੌਣ ਹੈ? ਤੇਰਾ ਨਾਂ ਵੀ ਸੁਣਿਆ ਹੀ ਕਿਸੇ ਨੇ ਭੂਸਿਆ ਸਾਲਾ, ਮਤਲਬ ਕਿ ਉਹ ਜਿਹੜੀ ਥਾਲੀ ਦੀ ਖਾਣਾ ਸਾਲਾ ਉਸੇ ਥਾਲੀ ਦੀ ਛੇਦ ਕਰਨਾ ਭੈਣ ਦਾ ਯਾਰ। ਅੱਗ ਲਾਣੀ ਆ ਭੈਣ ਚੋਦ, ਅੱਗ ਬੁਝਾਉਣ ਦੀ ਨਹੀਂ ਗੱਲ ਕਰਨੀ, ਅੱਗ ਲਾਣੀ ਆ ਮਾਂ ਦੇ ਯਾਰ ਦੀ। ਇਹੋ ਜਿਹੇ ਘੂਸੇ ਹੁੰਦੇ ਆ ਜਿਹੜੇ ਭੈਣ ਚੋਦ ਵਿੱਚ ਰਹਿ ਕੇ ਫਾੜ ਪਾਉਂਦੇ ਨੇ ਭੈਣ ਚੋ ਭਰਾਵਾਂ ਭਰਾਵਾਂ 'ਚ, ਇੱਕ ਪਾਸੇ ਕਹਿੰਦਾ ਤੁਸੀਂ ਦੋਨੋਂ ਭਰਾ ਹੋ ਸਾਂਭਲੋ, ਇਹ ਆ ਉਹ ਆ ਉਹਦੀ ਮਾਂ ਨੂੰ, ਇੱਕ ਮਿੰਟ ਤੂੰ ਗੱਲ ਕਰ ਰਿਹਾ ਨਾ ਘੂਸਿਆ ਕਿ ਤੁਸੀਂ ਭਾਜੀ ਇਟਲੀ ਵਾਲੇ ਭਾਜੀ ਤੁਸੀਂ ਉਹਨੂੰ ਸਿੱਧੀਆਂ ਫੋਨ 'ਤੇ ਗਾਲਾਂ ਕੱਢੀਆਂ, ਮੈਨੂੰ ਇੱਕ ਗੱਲ ਦਾ ਜਵਾਬ ਦੇ, ਹੁਣ ਮੈਂ ਤੈਨੂੰ ਜਿਹੜੀ ਗਾਲਾਂ ਕੱਢੀਆਂ ਹੁਣ ਤੂੰ ਮੈਨੂੰ ਪਿਆਰ ਨਾ ਬੋਲੇਗਾ। ਰੋਮੀ ਨੇ ਵੀਡੀਓ ਵਿੱਚ ਬੋਲਿਆ ਖੋਤੀ ਰਿਹਾ ਬੱਚਿਆ, ਤੇ ਉਹ ਅੱਗੇ ਤੈਨੂੰ ਫੁੱਲਾਂ ਦੇ ਹਾਰ ਪਾਉਂਦਾ, ਖੋਤੀ ਦਾ ਬੱਚਾ ਮਤਲਬ ਪਤਾ ਕੀ ਆ ਕਿ ਇਟਲੀ ਵਾਲੇ ਬਾਈ ਦੀ ਮਾਂ ਨੂੰ ਮਤਲਬ ਖੋਤੀ ਕਹਿ ਰਿਹਾ, ਉਹ ਕਿਹੜੇ ਪਾਸੇ ਸਹੀ ਲੱਗ ਰਿਹਾ ਤੈਨੂੰ? ਹੈ ਭੈਣ ਦਾ ਯਾਰ, ਕੱਲ ਅਸੀਂ ਇਸੇ ਕਰਕੇ ਮੈਂ ਕੱਲ ਪਿਆਰ ਨਾਲ ਵੀਡੀਓ ਬਣਾਈ ਸੀਗੀ ਕਿ ਯਾਰ ਛੱਡੋ ਉਹ ਲੜਾਈ ਝਗੜੇ, ਛੱਡੋ ਅਸੀਂ ਗੱਲ ਕਰਦੇ ਹਾਂ ਨਿਬੇੜਨ ਵਾਲੀ ਕਿ ਨਿਬੇੜੋ, ਬਾਹਰ ਦੇ ਲੋਕਾਂ ਨੂੰ ਤਮਾਸ਼ਾ ਨਾ ਦਿਖਾਓ, ਤੂੰ ਫੁੱਤੀ ਦਾ ਗੱਲ ਵਧਾਉਣ ਦੀ ਗੱਲ ਕਰੀ ਜਾਂਦਾ, ਇਹ ਗੱਲ ਬਾਅਦ ਵਧਾ ਕੇ ਵੀ ਨਿਬੇੜਨੀ ਆ, ਉਹ ਨਹੀਂ ਨਿਬੇੜਨ ਵਾਲਾ, ਉਹ ਬਾਂਹ ਪਾਉਣ ਵਾਲਾ ਪੂਰੀ, ਸਮਝ ਆ ਰਹੀ ਹੈ? ਉਸ ਤੋਂ ਕਹਿੰਦਾ ਪਿਆ ਕਿ ਸਬਸਕ੍ਰਾਈਬਰਾਂ ਨੂੰ ਨਾ ਬੋਲੋ, ਸਬਸਕ੍ਰਾਈਬਰਾਂ ਆਣ ਕੇ ਉਹਨੂੰ ਕਹਿੰਦੇ ਕਿ ਫੁੱਦੀ ਆਉਂਦਾ ਹੁਣ ਬੋਲ, ਹੁਣ ਫੋਨ ਕਰ ਤੇ ਫਲਾਣਾ ਕਰ ਤੇ ਉਹ ਤੁਹਾਨੂੰ ਫੁੱਲਾਂ ਦੇ ਹਾਰ ਪਾਵੇ। ਰੋਮੀ ਵੀਰ ਨੇ ਨਹੀਂ ਕੁਛ ਬੋਲਿਆ, ਰੋਮੀ ਵੀਰ ਜੀ ਨੇ ਨਹੀਂ ਕੁਛ ਬੋਲਿਆ, ਰੋਮੀ ਵੀਰ ਜੀ ਇਟਲੀ ਵਾਲਾ, ਇਟਲੀ ਵਾਲਾ।
ਸਾਲਾ ਦੋਗਲਾ ਬੰਦਾ ਭੈਣ ਚੋਦ, ਉਹ ਇਹੋ ਜਿਹੇ ਦੋਗਲੇ ਹੀ ਨੇ ਭੈਣ ਦੇ ਯਾਰ, ਜਿਹਨਾਂ ਕਰਕੇ ਭੈਣ ਚੋਦ ਰੋਸ਼ਨ ਕਮਿਊਨਿਟੀ ਬਦਨਾਮ ਆ। ਭੈਣ ਚੋਦ ਪਹਿਲਾਂ ਟੱਟਾ ਵਰਗਾ ਟੱਟਾ ਸੀਗਾ ਇੱਕ, ਹੁਣ ਸਾਲੇ ਇਹ ਆ ਗਏ ਦੋ ਲੌਂਡੇ ਜੇ ਭੈਣ ਚੋਦ। ਯਾਰ ਸਮਝ ਨਹੀਂ ਆਉਂਦੀ ਗੱਲ ਇਹ ਹੋ ਰਹੀ ਸੀਗੀ ਪੰਜਾਬ ਦੇ ਮੁੱਦਿਆਂ ਤੇ ਕੌਣ ਬੋਲਦਾ ਜ਼ਿਆਦਾ। ਹਰਸ਼ਦੀਪ ਦੀ ਵੀਡੀਓ ਦੇਖੀ ਆ ਕਦੀ? ਚੈੱਕ ਕਰ ਫਾਰਮਰ ਪ੍ਰੋਟੈਸਟ ਤੇ ਕਿੰਨਾ ਬੋਲਿਆ, ਕਿੰਨਾ ਇੱਕ ਚੋਰੀ ਕਰ ਕਰਕੇ ਬੋਲਿਆ, ਰੋਲਾ ਸੰਘ ਪਾੜ ਪਾੜ ਕੇ ਬੋਲਿਆ ਉਹ ਬੰਦਾ। ਦੇਵੀ ਦੁਸਾਂ ਦੀ ਗੱਲ ਕੀਤੀ, ਹੁਣ ਵੀਡੀਓ ਦੇਖੀ ਤੂੰ? ਦੇਵੀ ਦੁਸਾਂ ਦੀਆਂ ਪੰਜਾਬ ਦੇ ਹੱਕ ਵਿੱਚ ਬੋਲਦਾ, ਪੰਜਾਬ ਦੇ ਲਈ ਬੋਲਦਾ ਬੰਦਾ ਉਹ, ਭਾਵੇਂ ਜਿੱਦਾਂ ਦੀ ਮਰਜ਼ੀਆਂ ਵੀਡੀਓ ਬਣਾਉਂਦਾ ਹੋਣਾ ਭੈਣ, ਭਾਵੇਂ ਬੱਚਿਆਂ ਦੇ ਕੰਟੈਂਟ ਬਣਾਉਂਦੇ ਹੋਣਾ ਬਾਅਦ ਚੋਂ, ਮਗਰ ਜਿੱਦਾਂ ਲੋੜ ਪੈਂਦੀ ਉੱਥੇ ਪੰਜਾਬ ਦੇ ਹੱਕ ਵਿੱਚ ਬੋਲਦੇ ਨੇ। ਕਰਨ ਦਿੱਤੇ ਦੀ ਉਹ ਵੀਡੀਓ ਦੇਖੀਆਂ ਜਦੋਂ ਉਹਨੇ ਬੰਦੇ ਨੇ ਪੰਜਾਬ ਵਿੱਚ ਹੜ੍ਹ ਪਾਏ ਸੀਗੇ, ਕਰਨ ਦਿੱਤੇ ਨੇ ਕਿ ਉਹਨਾਂ ਦਾ ਉਹਦੇ ਲੋੜਵੰਦਾਂ ਨੂੰ ਮਤਲਬ ਕਿ ਖਾਣਾ ਪਹੁੰਚਾਇਆ ਸੀਗਾ, ਫੂਡ ਪੈਕੇਜ ਪਹੁੰਚਾਏ ਸੀਗੇ। ਤੂੰ ਦੇਖੀਆਂ ਵੀਡੀਓ ਉਹਦੀਆਂ, ਹੁਣ ਤਾਂ ਬੋਲੇ ਉਹਨਾਂ ਦੇ ਨਾਂ। ਅਮਨ ਔਜਲੇ ਤੂੰ ਵੀਡੀਓ ਦੇਖੀ ਜਿਹੜਾ ਬੰਦਾ ਉਹ ਦੋ ਤਿੰਨ ਭਰਾ ਜਿਹੜੇ ਬੱਚੇ ਜਿਹੜੇ ਹੈਂਡੀਕੈਪ ਸੀਗਾ, ਉਹਨਾਂ ਦਾ ਮਤਲਬ ਕਿ ਘਰ ਜਾ ਕੇ ਉਹਦਾ ਮਤਲਬ ਕਿ ਟ੍ਰੀਟਮੈਂਟ ਕਰ ਰਿਹਾ, ਨਾਲੇ ਉਹਨਾਂ ਦਾ ਖਰਚਾ ਚੱਕ ਰਿਹਾ ਅਮਨ ਔਜਲਾ। ਤੁਹਾਨੂੰ ਸਾਲੇ ਪਤਾ ਵੀ ਹੈ ਕੁਛ? ਭੈਣ ਚੋਦ ਉਹ ਹੀ ਮੂੰਹ ਚੱਕ ਕੇ ਜਦ ਸਾਡਾ ਨਾਂ ਨਹੀਂ ਲਿਆ ਤਾਂ ਰੋਮੀ ਵੀਰ ਦਾ ਨਾਂ ਨਹੀਂ ਲਿਆ, ਅੱਡੀ ਕੀ ਦੇਣ ਦੇਤੀ ਤੁਸੀਂ? ਜੇਕਰ ਕਹਿੰਦਾ ਤੁਸੀਂ ਇਟਲੀ ਵਾਲਾ ਭਾਜੀ ਇਹ ਵੀ ਕਹਿ ਸਕਦੇ ਸੀ ਕਿ ਚੱਲ ਰੋਮੀ ਕੋਈ ਨਹੀਂ ਇਸ ਵਾਰ ਨਹੀਂ ਨਾਂ ਲਿਆ ਹੋਇਆ, ਅਗਲੀ ਵਾਰੀ ਸਹੀ, ਕੋਈ ਗੱਲ ਨਹੀਂ ਦਿਮਾਗ 'ਚ ਨਿਕਲ ਜਾਂਦਾ। ਕਿਉਂ ਦਿਮਾਗ 'ਚ ਨਿਕਲ ਜਾਂਦਾ? ਨਹੀਂ ਲੈਣਾ ਅਗਲੇ ਲੈਣਾ ਯਾਰ, ਅਗਲਾ ਤੁਹਾਡੇ ਭੈਣ ਚੋਦ ਤੋਂ ਲੋਕਾਂ ਕੋਲ ਪ੍ਰਮੋਸ਼ਨ ਕਰਾ ਕੇ ਅੱਗੇ ਤੱਕ ਆਇਆ, ਆਪਣੇ ਨੇ ਹਾਰਡ ਵਰਕ ਕੀਤਾ, ਸਿੰਗਲ ਵਨ ਮੈਨ ਆਰਮੀ ਆ ਉਹ, ਇਕੱਲਾ ਚੱਲਿਆ, ਕਿਸੇ ਕੋਲੋਂ ਨਹੀਂ ਕਦੀ ਕਿਹਾ ਉਹਨੂੰ। ਸਰ ਆਪਣੀ ਵੀਡੀਓ 'ਚ ਕਦੇ ਨਹੀਂ ਉਹਨੇ ਕਿਹਾ ਕਿ ਮੇਰੀ ਵੀਡੀਓ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ, ਕਦੇ ਵੀ ਨਹੀਂ। ਸੋਲੋ ਚੱਲਿਆ ਤਾਂ ਫਿਰ ਤੁਹਾਨੂੰ ਕੀ ਪ੍ਰੋਬਲਮ ਹੈ? ਤੁਸੀਂ ਵੀ ਸੋਲੋ ਚੱਲ ਲਓ, ਤੁਹਾਡੇ ਤੋਂ ਨਹੀਂ ਸੋਲੋ ਚੱਲਿਆ ਜਾਂਦਾ। ਆਪਣੇ ਮੂੰਹੋਂ ਭੈਣ ਦਾ ਯਾਰ ਕਹੀ ਜਾਂਦਾ ਨਾਲੇ ਕਿ ਹਾਂ ਵੀ ਮੇਰੀਆਂ 10 ਸਟੋਰੀਆਂ ਵਿੱਚੋਂ 5-6 ਸਟੋਰੀਆਂ ਇਟਲੀ ਵਾਲਾ ਬਾਈ ਰੀਬੈਕ ਕਰਦਾ ਵਾ, ਮਤਲਬ ਕਿ ਕਹਿੰਦਾ ਉਹਨੂੰ ਯਾਰ ਰੀਟਵੀਟ ਕਰਦਾ, ਵਾਪਸ ਕਰਦਾ, ਵਾਪਸ ਫੋਲੋ ਬੈਕ ਕਰਦਾ, ਉਹ ਮੈਨੂੰ ਸਟੋਰੀਆਂ ਪਾਉਂਦਾ ਵਾ, ਰੀਮੈਂਸ਼ਨ ਕਰਦਾ, ਤੇ ਦੂਜੇ ਪਾਸੇ ਉਹਨੂੰ ਹੀ ਗਲਤ ਕਹੀ ਜਾਂਦਾ ਪਿਆ ਤੂੰ ਭੈਣ ਚੋਦਾ। ਸਾਲੇ ਮੇਰੇ ਡੰਗਰ ਭੈਣ ਦੇ ਯਾਰ, ਅਸੀਂ ਤਿੰਨੇ ਬੰਦੇ, ਜੇ ਤੁਸੀਂ ਆਪਣੇ ਆਪ ਕੱਟ ਆਫ ਹੀ ਕਰ ਲਿਆ ਕਿ ਅਸੀਂ ਤਿੰਨ ਬੰਦੇ ਹੀ ਬਸ ਹੈਗੇ ਆ ਆਪਣੀ ਕਮਿਊਨਿਟੀ ਵਿੱਚ, ਤੇ ਫਿਰ ਤਿੰਨ ਹੀ ਰਹੋ, ਫਿਰ ਕਿਉਂ ਰੋਲਾ ਪਾ ਕੇ ਪਟਣ ਡਿਆ, ਢੰਡੋਰਾ ਪਟਣ ਡਿਆ ਵਾ? ਗੱਲ ਠੰਡੀ ਹੋ ਰਹੀ ਨਾ, ਕਿਉਂ ਭੈਣ ਚੋਦਾ? ਭੈਣ ਜੀ ਆ ਰਹੇ ਆਪਣੀ ਆ ਗਏ, ਸਾਲਾ ਫੁੱਦੂ। ਜੇ ਕਰ ਰੋਮੀ ਵੀਰ ਦਾ ਕੋਈ ਵੀ ਇੱਥੇ ਸਬਸਕ੍ਰਾਈਬਰ ਦੇਖਦਾ ਜਾਂ ਇਟਲੇ ਬਾਈ ਦਾ ਕੋਈ ਵੀ ਸਬਸਕ੍ਰਾਈਬਰ ਦੇਖਦਾ ਇਸ ਵੀਡੀਓ ਨੂੰ, ਯਾਦ ਰੱਖਿਓ ਇਹੋ ਜਿਹੇ ਦੋਗਲੇ ਬੰਦਿਆਂ ਕੋਲੋਂ ਜ਼ਰੂਰ ਬਚਿਓ, ਇਹਨਾਂ ਨੇ ਤੁਹਾਡੀ ਵੀ ਵੋਟ ਨਾਲ ਦੇ ਨਾਲ ਪੜਵਾਉਣੀ ਆ। ਤੁਸੀਂ ਜਿਹਨੂੰ ਫੋਲੋ ਕਰਨਾ ਕਰੋ, ਕੋਈ ਨਹੀਂ ਰੋਕ ਰਿਹਾ, ਕਿਸੇ ਨੂੰ ਸਪੋਰਟ ਕਰਨੀ ਆ ਕਰੋ, ਕੋਈ ਨਹੀਂ ਰੋਕ ਰਿਹਾ, ਮਗਰ ਜੇਕਰ ਤੁਸੀਂ ਉਂਗਲ ਦਿੰਦੇ ਹੋ ਤਾਂ ਚੱਪਾ ਲੈਣ ਦੀ ਹਿੰਮਤ ਵੀ ਰੱਖੋ। ਕੱਲ ਇਸੇ ਕਰਕੇ ਵੀਡੀਓ ਪਿਆਰ ਨਾਲ ਸਮਝਾ ਕੇ ਪਾਈ ਸੀਗੀ ਯਾਰ, ਛੱਡੋਗਾ ਯਾਰ ਕੋਈ ਗੱਲ, ਮੇਰਾ ਕੱਲ ਦਾ ਇਹ ਸੀਗਾ ਮੇਰੇ ਸਬਸਕ੍ਰਾਈਬਰ ਜਾਂ ਮੇਰੇ ਵਿਊ ਨਹੀਂ ਆਉਂਦੇ ਨੇ, ਮਗਰ ਜਿੰਨੇ ਵੀ ਆਉਂਦੇ ਨੇ 5, 10, 50, 40 ਜਿੰਨੇ ਵੀ ਆਉਂਦੇ ਨੇ, ਉਹਨਾਂ ਬੰਦਿਆਂ ਤੱਕ ਜਿਹੜੀ ਮੇਰੀ ਗੱਲ ਪਹੁੰਚਦੀ ਹੈ ਨਾ, ਮੈਂ ਉਹਨਾਂ ਵਿੱਚ ਵੀ ਬੜਾ ਖੁਸ਼ ਹਾਂ। ਮੈਨੂੰ ਬੜੀ ਖੁਸ਼ੀ ਹੈ ਕਿ ਹਾਂ ਵੀ ਮੈਨੂੰ 40-50 ਬੰਦੇ ਤਾਂ ਦੇਖਦੇ ਨੇ ਐਟਲੀਸਟ, ਮਤਲਬ ਮੇਰੀ ਆਵਾਜ਼ ਕਿਤੇ ਨਾ ਕਿਤੇ ਤਾਂ ਜਾ ਰਹੀ ਨਾ, ਕਿਸੇ ਦੇ ਕਿਹੜੇ ਕੰਨਾਂ ਤੱਕ ਤਾਂ ਜਾ ਹੀ ਰਹੀ ਆ। ਸਾਲੇ ਗੱਲ ਨਹੀਂ ਮਕਾਣੀ ਭੈਣ ਚੋਦ, ਅੱਗ ਦੇ ਵਿੱਚ ਘਿਓ ਪਾਉਣ ਵਾਲਾ ਕੰਮ ਕਰਨਾ, ਮੇਰੇ ਸਾਲੇ ਸਾਰਿਆਂ ਨਾਲ ਵੱਡੀ ਅੱਗ ਤੂੰ ਹੀ ਲਾਈ ਭੈਣ ਚੋਦਾ, ਰੋਮੀ ਦੇ ਕੰਨ ਹੀ ਤੂੰ ਭਰੇ, ਨਹੀਂ ਤਾਂ ਰੋਮੀ ਨੂੰ ਕੀ ਲੋੜ ਸੀਗੀ ਵੀਡੀਓ ਬਣਾਉਣ ਦੀ? ਅੱਜ ਤੱਕ ਨਹੀਂ ਕਦੀ ਬਣਾਈ ਉਹਨੇ ਵੀਡੀਓ ਕੋਈ ਇਦਾਂ ਦੀ, ਇਹੋ ਜਿਹੀ ਉਹਦੇ ਖਿਲਾਫ, ਕਿਸੇ ਦੇ ਵੀ ਖਿਲਾਫ, ਖਾਸ ਕਰਕੇ ਆਪਣੀ ਕਮਿਊਨਿਟੀ ਦੇ ਖਿਲਾਫ। ਹੁਣ ਸਭ ਤੋਂ ਵੱਡਾ ਬੀਜ ਪੁੱਜਿਆ ਤੂੰ ਭੈਣ ਚੋਦ, ਦਗੜ ਦੱਲੇ ਸਾਲੇ, ਆਪਣੇ ਹੀ ਕਮਿਊਨਿਟੀ ਵਿੱਚ ਦਗੜ ਦੱਲੇ ਬੈਠੇ ਨੇ ਭੈਣ ਚੋਦ, ਬਾਹਰ ਤੈਨੂੰ ਕੀ ਰੋਕੀਏ ਆਪਾਂ? ਆਖੇ ਪੰਜਾਬ 'ਚ ਹੀ ਗੰਦ ਮਕਾਣਾ, ਲੋੜਾ ਗੰਦ ਮਕਾਣਾ, ਬੋਲਿਆ 4 ਰੀਲਰਾਂ ਨੂੰ, ਬੋਲਿਆ ਤੇ ਬਾਅਦ ਪੰਜਾਬ 'ਚ ਗੰਦ ਮਕਾਤਾ, ਪੰਜਾਬ 'ਚ ਗੰਦ ਮਕਾਣ ਵਾਸਤੇ ਪੰਜਾਬ ਦੇ ਮੁੱਦਿਆਂ 'ਤੇ ਬੋਲਣੇ ਪੈਂਦਾ, ਸਰਕਾਰ ਨਾਲ ਅੱਡੇ ਲਾਉਣੇ ਪੈਂਦੇ ਆ, ਔਰ ਗੁੱਦੇ 'ਚ ਨਾ ਦਮ ਚਾਹੀਦਾ, ਸਮਝ ਆ ਗਈ? ਦੇਖੋ ਯਾਰ ਇਸ ਬੰਦੇ ਨਾਲ ਆਹੀ ਗੱਲ ਕਰਨੀ ਸੀਗੀ, ਇਹ ਸਪੈਸ਼ਲ ਇਸ ਬੰਦੇ ਵਾਸਤੇ ਵੀਡੀਓ ਸੀਗੀ ਇਹ, ਆ ਜਿਹੜਾ ਭੈਣ ਚੋਦ ਜਿਹੜਾ ਬੋਲਣ ਡਿਆ ਸੀਗਾ। ਚੰਗਾ ਜੀ, ਜਿਉਂਦਾ ਰਿਹਾ, ਤਾਂ ਮਿਲਾਂਗਾ ਇੱਕ ਹੋਰ ਨਵੀਂ ਵੀਡੀਓ ਨਾਲ, ਤਦ ਤੱਕ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।